ਸਾਡੀ ਗਲੀ ਦੇ ਮੁੰਡੇ ਖੇਡਦੇ ਸੀ ਬਾਹਰ, ਤੇ ਮੈਂ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੀ ਮਦਦ ਲੈ ਕੇ ਸਿੱਖਿਆ ਵਾ। ਵੈਰੀ ਗੁੱਡ ਬਾਲ। ਤੇ ਮੁਹੰਮਦ ਸਿਰਾਜ ਨੇ ਮੇਰੀ ਸਟੋਰੀ ਪਾਈ ਸੀ। ਨਹੀਂ, ਮੰਮੀ ਦੇ ਪੂਰਾ ਸਪੋਰਟ ਕਰਦੇ ਆ ਕਿ ਤੂੰ ਖੇਡਿਆ ਕਰ, ਤੇ ਮੰਮੀ ਨੂੰ ਬਹੁਤ ਖੁਸ਼ੀ ਹੋਈ ਕਿ ਮੇਰੀ ਵੀਡੀਓ ਬਣੀ, ਮੈਂ ਮੇਰੀ ਵੀਡੀਓ ਚੜ੍ਹੀ, ਮੁਹੰਮਦ ਸਿਰਾਜ ਨੇ ਸਟੋਰੀ ਪਾਈ। ਮੰਮ ਬਹੁਤ ਸਪੋਰਟ ਕਰਦੇ ਆ। ਅਸੀਂ ਇਹਨੂੰ ਇਹ ਕਿਹਾ ਸੀ ਤੂੰ ਜੋ ਕਰਨਾ ਚਾਹੁੰਦਾ ਨਾ ਉਹ ਕਰ, ਅਸੀਂ ਤੇਰੇ ਪਿੱਛੇ ਖੜੇ ਹਾਂ, ਬਸ ਜੋ ਸੋਚੇਗਾ ਅਸੀਂ ਤੇਰੇ ਸਪੋਰਟ ਕਰਾਂਗੇ ਪੂਰੀ। ਮੈਂ ਆਪਣੇ ਹੋਰ ਮੈਂ ਕਿਸੇ ਵੱਲੋਂ ਲਾਈਕ ਨਹੀਂ ਕਰਦੀ, ਮੈਂ ਆਪਣੇ ਆਹ ਬੱਚੇ ਵੱਲੋਂ ਲਾਈਕ ਕਰਦੀ ਹਾਂ, ਅਤੇ ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ। ਸਾਡੀ ਗਲੀ ਦੇ ਮੁੰਡੇ ਖੇਡਦੇ ਸੀ ਬਾਹਰ, ਅਤੇ ਮੈਂ ਉਹਨਾਂ ਨੂੰ ਦੇਖ ਦੇਖ ਕੇ ਉਹਨਾਂ ਦੀ ਮਦਦ ਲੈ ਕੇ ਸਿੱਖਿਆ ਵਾਂ, ਅਤੇ ਉਹਨਾਂ ਨੂੰ ਖੇਡਦੇ ਹੋਏ ਮੇਰੇ ਵਿੱਚ ਵੀ ਜਨੂੰਨ ਆਇਆ ਕਿ ਮੈਂ ਵੀ ਖੇਡਾਂ, ਅਤੇ ਮੁਹੰਮਦ ਸਿਰਾਜ ਨੇ ਮੇਰੀ ਸਟੋਰੀ ਪਾਈ ਸੀ। ਅੱਛਾ, ਮੁਹੰਮਦ ਸਿਰਾਜ ਤੁਹਾਡੀ ਸਟੋਰੀ ਪਾਈ ਹੈ, ਉਹ ਫਿਰ ਕਿਵੇਂ ਬਣਿਆ, ਕਿਵੇਂ ਸਟੋਰੀ ਪਾਈ, ਕਿੱਥੇ ਮੈਚ ਖੇਡਦੇ ਪਏ ਸੀ ਤੁਸੀਂ? ਉਹ ਅਰੁਣ ਭਾਈ ਮੈਨੂੰ ਫਜ਼ਿਲਕਾ ਲੈ ਗਏ ਸੀ। ਅੱਛਾ, ਅਰੁਣ ਭਾਈ ਦਾ ਬਹੁਤ ਸਪੋਰਟ ਹੈ, ਠੀਕ ਆ, ਅਤੇ ਅਰੁਣ ਭਾਈ ਹਰੀ ਜਿੱਦਾਂ ਕਿ ਸਾਡੀ ਵੀਡੀਓ ਹੈ ਨਾ ਗਰਾਊਂਡ ਵਿੱਚ ਕਿਸੇ ਨੇ ਬਣਾਈ ਸੀ। ਅੱਛਾ, ਤੇ ਕਿਸੇ ਨੇ ਬਣਾ ਕੇ ਖੇਡਣ ਗਏ ਸੀ, ਕਿੱਦਾਂ ਗਏ ਸੀ ਟੂਰਨਾਮੈਂਟ ਖੇਡਣ ਗਏ? ਕੀ ਸੀਗਾ, ਕੀ ਮਤਲਬ ਕਿਹੜੇ ਮੈਚ ਚੱਲਦੇ ਪਏ ਸੀ ਤੁਹਾਡੇ? ਉਹ ਪੰਜਾਬ ਦੇ ਮੈਚ ਚੱਲਦੇ ਪਏ ਸੀ। ਅੱਛਾ, ਪੂਰੇ ਪੰਜਾਬ ਵਿੱਚੋਂ ਜਿੱਦਾਂ ਕਿ ਹੈਂਡੀਕੈਪ ਪਲੇਅਰ ਆਏ ਸੀ ਉਹਨਾਂ ਵਿੱਚ। ਪੰਜਾਬ ਲੈਵਲ ਦੇ ਖਿਡਾਰੀ ਮਤਲਬ? ਹਾਂਜੀ। ਅੱਛਾ, ਜਲੰਧਰ ਨੂੰ ਰਿਪ੍ਰੈਜ਼ੈਂਟ ਕਰਦੇ ਹੋ ਤੁਸੀਂ? ਹਾਂਜੀ। ਕੀ ਪੰਜਾਬ ਦੀ ਟੀਮ ਵੱਲੋਂ ਵੀ ਖੇਡਦੇ ਹੋ? ਪੰਜਾਬ ਦੀ ਟੀਮ ਵੱਲੋਂ ਖੇਡਦੇ। ਫਿਰ ਬਾਕੀ ਸਟੇਟਾਂ ਦੇ ਵੀ ਖਿਡਾਰੀ ਆਉਂਦੇ ਨੇ ਮੈਚ? ਹਾਂਜੀ, ਸਾਰੇ ਆਏ ਸੀ, ਕਿੰਨੇ ਕਿੰਨੇ ਦੂਰੋਂ ਸਟੇਟ ਤੋਂ ਆਏ। ਕਿੰਨਾ ਚਿਰ ਹੋ ਗਿਆ ਤੁਹਾਨੂੰ ਇਦਾਂ ਖੇਡਦੇ ਹੋਏ? 7-8 ਸਾਲ। ਵੀਡੀਓ ਬਣੀ ਹੈ ਤੇ ਕਿੰਨੇ ਕੀ ਵਿਊ ਆਏ ਆ, ਠੀਕ ਹੈ, ਤੇ ਮੁਹੰਮਦ ਸਿਰਾਜ ਨੇ ਸਟੋਰੀ ਪਾਈ ਤੇਰੀ, ਮੈਂ ਫਿਰ ਘਰ ਜਾ ਕੇ ਵੇਖਿਆ, ਮੈਨੂੰ ਬਹੁਤ ਖੁਸ਼ੀ ਹੋਈ, ਮੈਂ ਆਪਣੇ ਫਰੈਂਡਸ ਨੂੰ ਦੱਸਿਆ ਕਿ ਮੇਰੀ ਮੁਹੰਮਦ ਸਿਰਾਜ ਨੇ ਸਟੋਰੀ ਪਾਈ ਹੈ। ਹਾਂਜੀ, ਕਿਉਂਕਿ ਫਾਸਟ ਬੋਲਿੰਗ ਜਿਹੜੀ ਹੈ ਆਮ ਤੌਰ ਤੇ ਚੰਗਾ ਭਲਾ ਬੰਦਾ ਵੀ ਜਦੋਂ ਕਰਦਾ ਬੜੀ ਫਿਟਨੈਸ ਦੀ ਲੋੜ ਪੈਂਦੀ ਹੈਗੀ ਹੈ। ਹਾਂਜੀ, ਕਿਉਂਕਿ ਇੰਜਰੀਸ ਹੋਣ ਦੇ ਬੜੇ ਚਾਂਸਸ ਰਹਿੰਦੇ ਆ, ਫਿਰ ਕਿਵੇਂ ਰਹਿੰਦੀ ਹੈ ਸਾਰਾ ਦਿਨ ਚਰਿਆ, ਕਿਵੇਂ ਰਹਿੰਦਾ ਕਿ ਸਾਰੀ ਜ਼ਿੰਦਗੀ ਸਪੋਰਟਸ ਨੂੰ ਹੀ ਤੁਸੀਂ ਨਾਮ ਕਰਤੀ ਕਿ ਫਾਸਟ ਬੋਲਿੰਗ ਹੀ ਕਰਨੀ, ਇਹੀ ਸੁਪਨਾ ਹੁਣ ਅੱਗੇ ਵੀ? ਹਾਂਜੀ, ਸੁਪਨਾ ਇਹੀ ਹੈ ਕਿ ਮੈਂ ਇੰਡੀਆ ਟੀਮ ਵੱਲੋਂ ਖੇਡਾਂ, ਹੈ ਨਾ, ਅਤੇ ਬਸ ਇੰਡੀਆ ਟੀਮ ਵੱਲੋਂ ਖੇਡ। ਘਰਦੇ ਕਿਵੇਂ ਕਹਿੰਦੇ ਹੈਗੇ ਕਿ ਮੁੰਡਾ, ਕਿਉਂਕਿ ਕਈ ਵਾਰੀ ਉਹਨਾਂ ਦੇ ਘਰਦੇ ਘਬਰਾ ਜਾਂਦੇ, ਖਾਸ ਕਰਕੇ ਮਾਵਾਂ ਘਬਰਾ ਜਾਂਦੀ ਹੈ? ਘਰ ਪਰਿਵਾਰ ਦੇ ਮੰਮੀ ਹਸਪਤਾਲ ਚ ਕੰਮ ਕਰਦੇ ਆ, ਤੇ ਪਾਪਾ ਸਰਜੀਕਲ ਦਾ ਕੰਮ ਕਰਦੇ ਆ। ਹਾਂਜੀ, ਉਹ ਕੀ ਕਰਦੇ ਨੇ? ਭੈਣ ਦਾ ਵਿਆਹ ਹੋ ਗਿਆ ਤੇ ਭਾਈ ਤੇ ਭਰਾ ਮੇਰਾ ਫੈਕਟਰੀ ਲੱਗਾ। ਤੇ ਤੁਸੀਂ ਸਾਰਾ ਸਪੋਰਟਸ ਹੀ ਕਰਦੇ ਹੋ ਕਿ ਪੜ੍ਹਦੇ ਵੀ? ਨਾਲ ਪੜ੍ਹਦੇ ਵੀ ਆ। ਅੱਛਾ, ਪਹਿਲਾਂ ਉੱਥੇ ਫਿਰ ਸਕੂਲ ਵੱਲੋਂ ਵੀ ਖੇਡਦੇ ਖੁੱਡਦੇ ਹੋ ਕ੍ਰਿਕਟ ਕਰਕੇ? ਨਹੀਂ, ਸਕੂਲ ਵੱਲੋਂ ਨਹੀਂ ਕਰੇ। ਅੱਛਾ, ਉੱਥੇ ਕਿਹੜੀ ਕਲਾਸ ਚ ਪੜ੍ਹਦੇ ਹੋ ਤੁਸੀਂ? ਮੈਂ +1 ਚ। +1 ਚ ਹੋ, ਕਿਹੜੇ ਸਬਜੈਕਟ ਦੇ? ਮੈਂ ਇਹ ਇਲੈਕਟਿਵ ਹਿੰਦੀ ਚੋ ਤੇ ਪੰਜਾਬੀ ਚੋ ਪੰਜਾਬੀ ਰੱਖੀ ਏ। ਅੱਛਾ ਜੀ, ਤੇ ਆਰਟਸ ਕਰਦੇ ਪਏ? ਹਾਂਜੀ, ਆਰਟਸ। ਤੇ ਸਾਰਾ ਫਿਰ ਬਾਅਦ ਚ ਗਰਾਊਂਡ ਤੇ ਟਾਈਮ ਦਿੰਦੇ ਆ? ਫਿਰ ਇੱਥੇ ਤੁਹਾਨੂੰ ਕੌਣ ਤਿਆਰ ਕਰਦਾ ਹੈ, ਕਿਉਂਕਿ ਤੁਹਾਡਾ ਸੁਪਨਾ ਇੰਡੀਆ ਖੇਡਣ ਦਾ ਹੈ, ਤੁਸੀਂ ਪੰਜਾਬ ਲਈ ਰਿਪ੍ਰੈਜ਼ੈਂਟ ਕਰ ਰਹੇ ਹੋ, ਇੱਕ ਹੋਰ ਉੱਚੇ ਪੱਧਰ ਤੇ ਜਾਣ ਦਾ ਤੁਹਾਡਾ ਸੁਪਨਾ ਹੈ, ਫਿਰ ਕੌਣ ਤੁਹਾਨੂੰ ਤਿਆਰ ਕਰਾ ਰਿਹਾ ਵੇ ਇੱਥੇ? ਇੱਥੇ ਮੈਂ ਆਪੇ ਖੇਡਣਾ, ਜਿੱਦਾਂ ਕਿ ਮੁੰਡੇ ਖੇਡਦੇ ਬੈਟਿੰਗ, ਆਪੇ ਬੋਲਾਂ ਪਾ ਕੇ
ਆਪੇ ਦੇਖ ਲੈਣਾ ਕਿ ਕਿੱਥੇ ਮੇਰੀ ਗਲਤੀ ਹੈ ਕਿੱਥੇ ਨਹੀਂ ਖੇਡਣੀ। ਮੁਹੰਮਦ ਸਰਾਏ ਨੂੰ ਕੁਝ ਕਹਿਣਾ ਚਾਹੋਗੇ? ਬੜਾ ਚੰਗਾ ਮੈਸੇਜ ਵੀ ਉਹਨਾਂ ਲਿਖਿਆ ਤੁਹਾਡੇ ਲਈ, ਮੋਟੀਵੇਟ ਕੀਤਾ ਵਾ, ਇੱਕ ਯੰਗ ਟੈਲੈਂਟ ਨੂੰ ਕੀਤਾ ਵਾ, ਇੱਕ ਜਜ਼ਬੇ ਨੂੰ ਸਲਾਮ ਕੀਤਾ, ਕੀ ਕਹਿਣਾ ਚਾਹੋਗੇ? ਮੁਹੰਮਦ ਸਰਾਏ ਨੂੰ ਮੈਂ ਥੈਂਕ ਯੂ ਕਰਨਾ ਚਾਹੁੰਦਾ ਵਾਂ ਕਿ ਸਾਡੇ ਹੈਂਡੀਕੈਪ ਪਲੇਅਰ ਹੈਗੇ ਆ ਉਹਨਾਂ ਦੀ ਮਦਦ ਕਰਨ, ਅਤੇ ਮੇਰੀ ਬਹੁਤ ਮੇਰੀ ਸਟੋਰੀ ਪਾਈ, ਤਾਂ ਉਸ ਮੁਹੰਮਦ ਸਰਾਏ ਨੂੰ ਮੈਂ ਥੈਂਕ ਯੂ ਕਰਨਾ। ਖਿਲਾੜੀ ਕਿਹੜਾ ਪਸੰਦ ਹੈ? ਸੱਚੀ ਸੱਚੀ ਸੁਣਾਏ, ਸਰਾਜ ਦਾ ਨਾਮ ਨਹੀਂ, ਚਲੋ ਖਿਲਾੜੀ ਕਿਹੜਾ ਪਸੰਦ ਹੈ? ਮੈਨੂੰ ਬੈਟਿੰਗ ਵਿੱਚ ਵਿਰਾਟ ਕੋਹਲੀ ਪਸੰਦ ਹੈ। ਅੱਛਾ ਜੀ। ਤੇ ਬੋਲਿੰਗ ਵਿੱਚ ਮੁਹੰਮਦ ਸਰਾਏ ਪਸੰਦ? ਮੁਹੰਮਦ ਸਰਾਏ ਪਸੰਦ ਸੀ ਤੁਹਾਨੂੰ, ਮਤਲਬ ਇਹਦਾ ਇੱਕ ਸੁਪਨਾ ਪੂਰਾ ਹੋ ਗਿਆ ਕਿ ਜਿਹਨੂੰ ਅਸੀਂ ਚਾਹੁੰਦੇ ਹਾਂ ਉਹਨੇ ਸਾਡੀ ਸਟੋਰੀ ਪਾਤੀ ਹੈ। ਹਾਂਜੀ। ਅਸੀਂ ਇਹਨੂੰ ਇਹ ਕਿਹਾ ਵੀ ਤੂੰ ਜੋ ਕਰਨ ਚਾਹੁੰਦਾ ਨਾ ਉਹ ਕਰ, ਅਸੀਂ ਤੇਰੇ ਪਿੱਛੇ ਖੜੇ ਹਾਂ, ਬਸ ਜੋ ਸੋਚੇਗਾ ਅਸੀਂ ਤੇਰੇ ਸਪੋਰਟ ਕਰਾਂਗੇ ਪੂਰੀ। ਕਹਿੰਦਾ ਹਾਂ ਮੰਮੀ ਮੈਂ ਕ੍ਰਿਕਟ ਖੇਡਣਾ। ਮੈਂ ਕਿਹਾ ਕੋਈ ਨਹੀਂ ਤੂੰ ਖੇਡ, ਅਸੀਂ ਬੈਠੇ ਹਾਂ ਤੇਰੇ ਮਗਰ। ਬਸ ਪੜ੍ਹਾਈ 'ਚ ਕਿਵੇਂ? ਪੜ੍ਹਾਈ 'ਚ ਬਹੁਤ ਵਧੀਆ। ਇਹ ਤਾਂ ਨਹੀਂ ਹੁੰਦਾ ਕਿ ਸਾਰਾ ਦਿਨ ਗਰਾਊਂਡ 'ਚ ਰਹਿੰਦਾ ਤਾਂ? ਨਹੀਂ ਨਹੀਂ ਨਹੀਂ, ਮੈਂ ਆਪਣੇ ਹੋਰ ਮੈਂ ਕਿਸੇ ਵੱਲੋਂ ਲਾਈਕ ਨਹੀਂ ਕਰਦੀ, ਮੈਂ ਆਪਣੇ ਆਹ ਬੱਚੇ ਵੱਲੋਂ ਲਾਈਕ ਕਰਦੀ ਹਾਂ। ਇਹ ਬੱਚਾ ਮੇਰਾ ਬਹੁਤ ਵੈਰੀ ਗੁੱਡ ਹੈ, ਸਵੇਰੇ ਸਕੂਲ ਜਾਂਦਾ, ਸ਼ਾਮ ਨੂੰ ਕੰਪਿਊਟਰ ਕਲਾਸ 'ਤੇ ਜਾਂਦਾ, ਉਸ ਤੋਂ ਬਾਅਦ ਪ੍ਰੈਕਟਿਸ ਆਪਣੀ ਕਰਦਾ। ਮੈਂ ਹੋਰ ਕਿਤੇ ਦਾ ਨਹੀਂ, ਇਹਦਾ ਮੈਂ ਬਹੁਤ ਸਪੋਰਟ ਕੀਤਾ, ਇਹਨੂੰ ਮੈਂ ਬਹੁਤ ਵਧੀਆ ਸਮਝਦੀ, ਮੇਰਾ ਬੱਚਾ ਬਹੁਤ ਲਾਈਕ ਹੈਗਾ। ਇਸੇ ਕਰਕੇ ਮੈਂ ਜਦੋਂ ਇਹ ਹੋਇਆ ਸੀ ਨਾ, ਅਸੀਂ ਬਹੁਤ ਸੋਚਿਆ ਸੀ ਵੀ ਨਹੀਂ ਕਿੱਦਾਂ ਇਹੀ ਕਰਾਂਗੇ। ਫਿਰ ਮੈਨੂੰ ਕਿਸੇ ਨੇ ਕਿਹਾ ਸੀ, ਕਹਿੰਦੇ ਨਹੀਂ ਵੀ ਇਹਦੀ ਵਧੀਆ ਹੋਣੀ ਹੈ ਜ਼ਿੰਦਗੀ, ਬਹੁਤ ਵਧੀਆ ਇਹਦੀ ਜ਼ਿੰਦਗੀ ਹੈ। ਇਹਨੇ ਮੈਨੂੰ ਇਹੋ ਹੀ ਹੈ, ਮੈਨੂੰ ਇਹ ਜਦੋਂ ਕ੍ਰਿਕਟ ਸਿਲੈਕਟ ਹੋਇਆ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੇਰੇ ਬੱਚੇ ਨੇ ਮੇਰਾ ਨਾਮ ਰੋਸ਼ਨ ਕੀਤਾ। ਪਹਿਲਾਂ ਤਾਂ ਜਲੰਧਰ ਲਈ ਖੇਡਦਾ ਸੀ, ਇਕੱਲੀ ਖੇਡਦਾ ਸੀ, ਅਤੇ ਹੁਣ ਇੱਕ ਐਸੋਸੀਏਸ਼ਨ ਨੇ ਵੀ ਕਿਹਾ ਕਿ ਸਾਡੇ ਵੱਲੋਂ ਖੇਲੂਗਾ, ਯਾਨੀ ਕਿ ਪੰਜਾਬ ਵੱਲੋਂ ਹੁਣ ਇਹ ਖੇਡਣਾ ਸ਼ੁਰੂ ਕਰੂਗਾ। ਹਾਂ ਖੇਡੇ, ਸਗੋਂ ਆਪਾਂ ਕਹਿੰਦੇ ਹਾਂ ਅਸੀਂ ਸਪੋਰਟ ਪੂਰੀ ਇਹਦੇ ਦੇਵਾਂਗੇ। ਮੈਂ ਦੱਸਣਾ ਚਾਹੁੰਦਾ ਕਿ ਸਾਨੂੰ ਇੱਕ ਲੋਕਲ ਪਲੇਅਰ ਨੇ ਇੱਥੇ ਦੇ ਹੈਗੇ ਰਹਿਣ ਵਾਲੇ ਭਾਰਗੋ ਕੈਂਪ ਦੇ ਕੇਸਰ ਜੀ, ਉਹਨਾਂ ਨੇ ਵੀਡੀਓ ਪਾਇਆ ਸੀਗਾ ਇਹਨਾਂ ਖੇਡਦੇ ਹੋਏ ਦਾ, ਅਤੇ ਉਹਨਾਂ ਨੂੰ ਵਧੀਆ ਲੱਗਾ ਕਿ ਲੜਕਾ ਖੇਲ ਰਿਹਾ। ਜਿਵੇਂ ਕਿ ਪੰਜਾਬ ਦੇ ਸਾਰੇ ਪਲੇਅਰਸ ਨੂੰ ਪਤਾ ਕਿ ਸਾਡੀ ਜਿਹੜੀ ਹੈਂਡੀਕੈਪ ਐਸੋਸੀਏਸ਼ਨ ਹੈ, ਡਿਫਰੈਂਟਲੀ ਕ੍ਰਿਕਟ ਕੌਂਸਲ ਆਫ ਪੰਜਾਬ, ਜਿਹੜੀ ਕਿ DCCI ਦੇ ਅੰਡਰ ਹੈ, ਅਸੀਂ ਉਹ ਰਨ ਕਰ ਰਹੇ ਹਾਂ ਪੰਜਾਬ 'ਚ, ਅਤੇ ਜਿੰਨੇ ਵੀ ਡਿਫਰੈਂਟਲੀ ਪਲੇਅਰ ਹੈ, ਦਿਵਿਆਂਗ ਪਲੇਅਰ ਹੈ, ਉਹ ਸਾਡੇ ਨਾਲ ਜੁੜੇ ਹੋਏ ਆ। ਇੱਦਾਂ ਹੀ ਕੇਸਰ ਜੀ ਨੇ ਵੀਡੀਓ ਸ਼ੇਅਰ ਕੀਤਾ ਅਤੇ ਉਹ ਵੀਡੀਓ ਦੇ ਥਰੂ ਅਸੀਂ ਇਹਨੂੰ ਕਲਿੱਕ ਕੀਤਾ ਅਤੇ ਅਸੀਂ ਇਹਦੀ ਬੋਲਿੰਗ ਦੇਖੀ ਇੱਥੇ ਆ ਕੇ, ਅਤੇ ਫਿਰ ਅਸੀਂ ਜਿਹੜਾ ਟੂਰਨਾਮੈਂਟ ਕਰਵਾਇਆ ਸੀ ਇਸ ਵਾਰੀ ਫਾਜ਼ਿਲਕਾ ਵਿੱਚ, ਪੂਰੇ ਪੰਜਾਬ ਦੇ ਜਿਹੜੇ ਵੱਡੇ ਵੱਡੇ ਪਲੇਅਰ ਆਏ ਸੀ, ਇੰਡੀਆ ਪਲੇਅਰ ਵੀ ਆਏ ਸੀਗੇ, ਉਹ ਉੱਥੇ ਆਏ ਆ ਫਾਜ਼ਿਲਕਾ ਵਿੱਚ, ਅਤੇ ਉਹਨਾਂ ਵਿੱਚ ਇਹਨੇ ਉੱਥੇ ਬੋਲਿੰਗ ਕਰਾਈ ਹੈ, ਅਤੇ ਉੱਥੇ ਜਿਹੜਾ ਵੀਡੀਓ ਸ਼ੂਟ ਹੋਇਆ ਸੀ ਬੋਲਿੰਗ ਦਾ, ਉਹ ਬਹੁਤ ਵਾਇਰਲ ਹੋਇਆ। ਬਿਲਕੁਲ ਜੀ, ਇਹ ਜਿਹੜੀ ਸਾਡੀ ਐਸੋਸੀਏਸ਼ਨ ਹੈ ਇਹਦੇ ਅੰਡਰ ਸਾਡੇ ਕੋਲ ਪੰਜਾਬ ਦੇ ਵਿੱਚ ਤਕਰੀਬਨ 60 ਪਲੇਅਰ ਜਿਹੜੇ ਰਜਿਸਟਰਡ ਨੇ ਜੀ, ਜੋ ਕਿ ਵੱਖ ਵੱਖ ਜ਼ਿਲ੍ਹਿਆਂ ਤੋਂ, ਵੱਖ ਵੱਖ ਪਿੰਡਾਂ 'ਚੋਂ, ਪੂਰੇ ਪੰਜਾਬ 'ਚੋਂ ਅਸੀਂ ਪਲੇਅਰ ਸਿਲੈਕਟ ਕੀਤੇ ਹੋਏ ਆ। ਇਹਦੇ ਵਿੱਚ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ, ਅਤੇ ਹੁਣ ਸਾਡੇ ਕੋਲ ਆਲਮੋਸਟ 60 ਪਲੇਅਰ ਹੈ। ਪਿੱਛੇ ਅਸੀਂ ਟੂਰਨਾਮੈਂਟ ਵੀ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾਇਆ ਸੀਗਾ, 3 ਟੀਮਾਂ ਪੰਜਾਬ ਦੇ ਸਾਰੇ ਪਲੇਅਰਸ ਦੇ ਵਿਚਕਾਰ ਅਸੀਂ 3 ਟੀਮਾਂ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਫਾਜ਼ਿਲਕਾ ਡਿਸਟ੍ਰਿਕਟ ਕ੍ਰਿਕਟ ਡਿਸਟ੍ਰਿਕਟ ਐਸੋਸੀਏਸ਼ਨ ਨੇ ਸਾਨੂੰ ਸਪੋਰਟ ਕੀਤਾ ਸੀਗਾ, ਔਰ ਉਹਦੇ ਵਿੱਚ ਅਸੀਂ ਇਹ ਟੂਰਨਾਮੈਂਟ ਜਿਹੜਾ ਡਿਸੇਬਲ ਬੱਚਿਆਂ ਦਾ ਇਹ ਕਰਵਾਇਆ ਸੀਗਾ। ਵਿਕਰਮ ਨੇ ਉੱਥੇ ਜਦੋਂ ਬਾਲ ਪਾਈ, ਅਤੇ ਵਿਕਰਮ ਦੀ ਜਿਹੜੀ ਵੀਡੀਓ ਉੱਥੇ ਵਾਇਰਲ ਹੋਈ ਹੈ, ਉਹ ਇੱਕ ਸਾਡੇ ਕ੍ਰਿਕੇਟਰ, ਇੰਡੀਅਨ ਟੀਮ ਦੇ ਕ੍ਰਿਕੇਟਰ ਮੁਹੰਮਦ ਸਿਰਾਜ ਜਿਹੜੇ ਆ, ਉਹਨਾਂ ਨੇ ਆਪਣੇ ਪੇਜ ਦੇ ਉੱਤੇ, ਆਪਣੇ ਅਕਾਊਂਟ ਦੇ ਉੱਤੇ ਸ਼ੇਅਰ ਕੀਤੀ, ਜੋ ਕਿ ਮਿਲੀਅਨਸ ਜਿਹੜੀ ਵਿਊਜ਼ ਜਿਹੜੇ ਆ ਉਹ ਵਿਕਰਮ ਦੀ ਵੀਡੀਓਜ਼ ਨੂੰ ਜਿਹੜੇ ਉਹ ਮਿਲੇ ਆ। ਅਤੇ ਅਸੀਂ ਪੰਜਾਬ ਦੇ ਵਿੱਚ ਇਹ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਹਾਂ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਦਿਵਿਆਂਗ ਪਲੇਅਰ ਹੈ, ਕ੍ਰਿਕਟ ਖੇਡਦੇ ਆ, ਇਹ ਵੀ ਇਹਨਾਂ ਨੂੰ ਵੀ ਮੌਕਾ ਮਿਲੇ, ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਹੈ ਪੈਰਾਲੰਪਿਕਸ ਦੇ ਵਿੱਚ, ਸ਼ਾਇਦ ਕ੍ਰਿਕਟ ਜਿਹੜਾ ਉਹ ਅਸੀਂ ਕੋਸ਼ਿਸ਼ ਚੱਲ ਰਹੀ ਹੈ, ਬਿਕੋਜ਼ ਅਸੀਂ ਜਿਹੜੀ ਐਸੋਸੀਏਸ਼ਨ ਰਨ ਕਰ ਰਹੇ ਹਾਂ ਇਹ DCCI ਦੇ ਅੰਡਰ ਆਉਂਦੀ ਹੈ, ਜੋ ਕਿ BCCI ਦੀ ਇੱਕ ਸਪੋਰਟਿੰਗ ਬੋਡੀ ਹੈ।
ਤੇ BCCI ਦੇ ਸਾਰੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੰਮ ਜਿਹੜਾ ਸਟੇਟ ਵਾਈਜ਼ ਚੱਲ ਰਿਹਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਦਿਵਿਆਂਗ ਬੱਚਿਆਂ ਨੂੰ ਜਿਹੜਾ ਕ੍ਰਿਕਟ ਖੇਡਦੇ ਨੇ ਇਹਨਾਂ ਨੂੰ ਅਸੀਂ ਇੱਕ ਮੁਕਾਮ ਤੇ ਲੈ ਕੇ ਜਾਈਏ। ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਲਦ ਹੀ ਪੰਜਾਬ ਵਿੱਚ ਬੜੇ ਹੀ ਵੱਡੇ ਲੈਵਲ ਤੇ ਦਿਵਿਆਂਗ ਬੱਚਿਆਂ ਵਾਸਤੇ ਟੂਰਨਾਮੈਂਟ ਕਰਵਾਏ ਜਾਣਗੇ ਜਿੰਦੇ ਚ ਕਿ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਹਿੱਸਾ ਲੈਣਗੇ ਤੇ ਬਹੁਤ ਹੀ ਜਲਦ ਪੰਜਾਬ ਵਿੱਚ ਇੱਕ ਨਵਾਂ ਦੌਰ ਦਿਖੇਗਾ ਦਿਵਿਆਂਗ ਕ੍ਰਿਕਟ ਦਾ। ਵਿਕਰਮ ਵਰਗੇ ਜਿੰਨੇ ਬੱਚੇ ਹੈ ਇਹਨਾਂ ਨੂੰ ਮੌਕਾ ਮਿਲੇਗਾ ਪੂਰਾ ਇੱਥੇ ਪੰਜਾਬ 'ਚ ਅੱਗੇ ਆਉਣ ਦਾ, ਜਿਹੜੇ ਕਿ ਹੈਂਡੀਕੈਪ ਕ੍ਰਿਕਟ ਬਿਲਕੁਲ ਦੇਖ ਨਹੀਂ ਰਿਹਾ ਸੀਗਾ, ਹੁਣ BCCI ਥਰੂ ਸਾਨੂੰ ਮੌਕਾ ਮਿਲਿਆ ਕਿ ਉਹ ਖਿਲਾੜੀਆਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਵਿਕਰਮ ਵਰਗੇ ਹੋਰ ਖਿਲਾੜੀ ਅੱਗੇ ਆਉਣ ਤੇ ਪੰਜਾਬ ਤੇ ਇੰਡੀਆ ਵੱਲੋਂ ਜ਼ਰੂਰ ਖੇਡਣ।